ਬੀਜ ਲਿਆ ਜੀ 826 ਦਾ ਲਿਆ ਜੀ ਹੁਣ 826 ਦਾ ਹਾਂਜੀ ਜੁਨ ਸਵੇਰੇ ਲਾਈਨ ਤਾਂ ਬਹੁਤ ਲੰਬੀ ਲੱਗੀ ਸੀ ਮਿਲ ਗਿਆ ਉੱਥੇ ਜੀ ਲਾਈਨ ਇਹ ਗਰਮੀ ਸਾਰਨ ਦੀ ਬਹੁਤ ਜ਼ਿਆਦਾ ਸਖਤੀ ਹੈ ਇਹਦੇ ਵਿੱਚ ਜੀ ਗਰਮੀ ਸਾਰਨ ਦੀ ਜੀ ਇੱਕ ਦੀ ਪਿਛਲੀ ਸਾਲ ਪੈਦਾਵਾਰ 28 ਕੁਇੰਟਲ ਤੋਂ ਲੈ ਕੇ 30 ਕੁਇੰਟਲ ਤੱਕ ਨਿਕਲੀ ਹੈ ਖੁਦ ਮੈਂ ਆਪ ਦੇਖੀ ਹੈ 327 ਤੇ 826 ਦਾ ਇੱਕ ਮੋਟਾ ਜਿਹਾ ਫਰਕ ਦੱਸਦੀ ਹੈ ਵੀ ਜਿਹੜੀ 327 ਹੈ ਹਾਂਜੀ ਦੋਸਤੋ ਪੀਏਯੂ ਮੇਲੇ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੇਲੇ ਦੇ ਉੱਤੇ ਜ਼ਿਆਦਾਤਰ ਆਪਣਾ ਧਿਆਨ ਬੀਜਾਂ ਵੱਲ ਹੁੰਦਾ ਤੇ ਜੇ ਆਪਾਂ ਗੱਲ ਕਰੀਏ ਇਸ ਵਾਰ ਕਣਕ ਦੇ ਬੀਜਾਂ ਦੀ ਤਾਂ ਮੇਲੇ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ 826 ਲਈ ਬਹੁਤ ਵੱਡੀਆਂ ਲਾਈਨਾਂ ਲੱਗ ਰਹੀਆਂ ਨੇ ਕਣਕ ਦੇ ਬੀਜਾਂ ਦੇ ਵਿੱਚ ਸਭ ਤੋਂ ਟੌਪ ਤੇ ਇਹਨਾਂ ਨੂੰ ਯੂਨੀਵਰਸਿਟੀ ਵੀ ਮਤਲਬ ਕਹਿ ਸਕਦੇ ਹੋ ਪ੍ਰਮੋਟ ਤਾਂ ਹੀ ਕਰ ਰਹੀ ਹੈ ਜੇ ਕਿਸਾਨਾਂ ਦਾ ਰੁਝਾਨ ਹੈ ਤੇ ਵੈਰਾਈਟੀਆਂ ਚੰਗੀਆਂ ਨੇ ਸਭ ਤੋਂ ਉੱਪਰ ਚੱਲ ਰਹੀ ਹੈ ਜੀ PVW 826 ਤੇ 327 ਚੱਲ ਰਹੀ ਹੈ ਇਸ ਤੋਂ ਬਾਅਦ ਤੇ 826 ਤੇ 327 ਮਤਲਬ ਭੈਣਾ ਭੈਣੀ ਨੇ ਵੈਰਾਈਟੀਆਂ ਇਹਨਾਂ ਦਾ ਕੋਈ ਬਾਹਲਾ ਫਰਕ ਨਹੀਂ ਹੈਗਾ ਤੇ ਆਪਸ ਦੇ ਵਿੱਚ ਪੂਰਾ ਕੰਪੀਟੀਸ਼ਨ ਹੈ ਤੇ 826 ਦਾ ਤੁਸੀਂ ਇੰਨਾ ਕਿ ਜ਼ਿਆਦਾ ਰੁਝਾਨ ਦੇਖ ਸਕਦੇ ਹੋ ਕਿ ਲਾਈਨਾਂ ਦੀ ਕੋਈ ਗਿਣਤੀ ਨਹੀਂ ਹੈਗੀ ਇੰਨੀ 2-2 ਕਿਲੋ ਬੀਜ ਹੈ ਗਰੰਟੀ ਵੀ ਨਹੀਂ ਹਰੇਕ ਨੂੰ ਮਿਲੂਗਾ ਕਿਉਂਕਿ ਪਹਿਲਾਂ ਵੀ ਮੁੱਕ ਸਕਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਮੇਲਾ ਦੇਖਣਾ ਹੈ ਜੀ ਹਾਂਜੀ ਹਾਂਜੀ ਬਾਈ ਹੋਰ ਕੋਈ ਇੱਥੇ ਸ਼ਾਪਿੰਗ ਵਗੈਰਾ ਕਰੀ ਹੋਵੇ ਕੋਈ ਚੀਜ਼ ਲਈ ਹੋਵੇ ਬੀਜ ਲਿਆ ਜੀ 826 ਦਾ ਲਿਆ ਜੀ ਹੁਣ 826 ਦਾ ਹਾਂਜੀ ਜੁਨ ਸਵੇਰੇ ਲਾਈਨ ਤਾਂ ਬਹੁਤ ਲੰਬੀ ਲੱਗੀ ਸੀ ਮਿਲ ਗਿਆ ਉੱਥੇ ਜੀ ਲਾਈਨ ਬੜੀ ਲੰਬੀ ਸੀ ਇਸ ਕਰਕੇ ਉੱਥੇ ਤਾਂ ਨਹੀਂ ਔਖਾ ਹੋ ਗਿਆ ਫਿਰ ਬਾਹਰੋਂ ਹੁਣ ਆਪਾਂ ਇਹ ਜਿਹੜੇ ਆਪਣੇ ਗਰਗ ਫੀਡ ਸਟੋਰ ਵਾਲੇ ਕਰਨਾਲ ਵਾਲੇ ਹਾਂਜੀ ਕਰਨਾਲ ਵਾਲੇ ਇਹਨਾਂ ਕੋਲ ਪਰਚੇਸ ਕੀਤਾ ਜੀ ਇਹਨਾਂ ਕੋਲੋਂ ਲਿਆ ਤੇ ਪਹਿਲਾਂ ਵੀ ਕੋਈ ਲਿਆ ਇਹਨਾਂ ਕੋਲੋਂ ਹਾਂਜੀ ਪਿਛਲੇ ਸੀਜ਼ਨ ਵੀ ਆਪਾਂ ਝੋਨੇ ਦਾ ਵੀ ਲੈ ਕੇ ਗਏ ਸੀ ਇਹਨਾਂ ਕੋਲ ਜੀ ਤੇ ਕਿਵੇਂ ਤਜਰਬਾ ਕਿਵੇਂ ਰਿਹਾ ਪਹਿਲਾਂ ਵਾਲੇ ਦਾ ਵਧੀਆ ਸੀ 1847 ਦਾ ਲੈ ਕੇ ਗਏ ਸੀ ਮਤਲਬ ਵਧੀਆ ਵਾ ਕੋਈ ਦਿੱਕਤ ਵਗੈਰਾ ਨਹੀਂ ਨਹੀਂ ਕੋਈ ਇਹੋ ਜੀ ਕੋਈ ਸਮੱਸਿਆ ਜੀ ਤਾਂਯੋ ਦੂਜੀ ਵਾਰ ਆਏ ਹੋ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਲੰਘ ਰਿਹਾ ਜੀ ਪੀਏਯੂ ਮੇਲਾ ਕਿੰਨਾ ਕ ਇੰਟਰਸਟ ਦਿਖਾ ਰਹੇ ਨੇ ਫਾਰਮਰ ਮੇਲਾ ਚੰਗਾ ਜੀ ਥੋੜਾ ਜਿਹਾ ਮੀਂਹ ਨੇ ਜ਼ਰੂਰ ਖਰਾਬ ਕੀਤਾ ਮੇਲਾ ਬਹੁਤ ਵਧੀਆ ਭਰਿਆ ਲੋਕਾਂ ਦਾ ਇੰਟਰਸਟ ਹੈਗਾ PVW 826 ਤੇ DVW 327 ਆ ਦੋ ਕਣਕਾਂ ਦਾ ਮੈਂ ਮੇਲੇ ਤੇ ਜ਼ਿਆਦਾ ਰੁਝਾਨ ਦੇਖਿਆ ਮਤਲਬ ਤੁਹਾਡੇ ਕੋਲ ਸਵੇਰ ਦੇ ਫਾਰਮਰ ਇਹ ਦੋ ਜ਼ਿਆਦਾ ਮੰਗ ਰਹੇ ਨੇ ਹਾਂ ਇਹ ਦੋ ਕਸਟਮਰ ਜ਼ਿਆਦਾ ਮੰਗ ਰਹੇ ਨੇ PVW 826 ਤੇ DVW 327 327 ਹੁਣ ਮੈਨੂੰ ਲੱਗਦਾ ਸ਼ਾਮ ਜੇ ਦਾ ਟਾਈਮ ਹੋ ਗਿਆ ਜੇ ਸਮਾਂ ਦੇਖੀਏ ਤਾਂ 6 ਵਜਣ ਵਾਲੇ ਨੇ ਹਾਂ 6 ਵਜੇ ਤੱਕ ਤੁਹਾਡੇ ਕੋਲ ਇਹ ਦੋ ਵੈਰਾਈਟੀਆਂ ਜ਼ਿਆਦਾ ਹਾਂ ਇਨ ਦੋ ਵੈਰਾਈਟੀਆਂ ਬਾਰੇ ਜ਼ਿਆਦਾ ਫਾਰਮਰ ਲੈ ਕੇ ਵੀ ਪੀ ਗਏ ਨੇ ਅੰਦਰ ਵੀ ਮੈਂ ਦੇਖ ਕੇ ਆਇਆ ਜੀ ਇਹਨਾਂ ਦੀ ਹੀ ਲੰਬੀ ਲਾਈਨ 826 ਦੀ ਤਾਂ ਲਾਈਨਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਤੇ ਕਸਟਮਰ ਤਾਂ ਕਿਸਾਨ ਤਾਂ ਉੱਥੇ ਗਿਣਨੇ ਮੁਸ਼ਕਲ ਸੀ ਜੀ ਤੇ 826 ਨੂੰ ਇੰਨਾ ਯੂਨੀਵਰਸਿਟੀ ਦੇ ਵਿੱਚ ਵੀ ਮੈਂ ਉੱਥੇ ਮੈਮ ਨਾਲ ਗੱਲ ਕਰਕੇ ਆਇਆ ਤੇ ਉਹ ਵੀ ਕਹਿ ਰਹੇ ਨੇ ਵੀ ਇਹਦੇ ਕਰੈਕਟਰ ਬਹੁਤ ਅੱਛੇ ਹੈਗੇ ਇਹਦੇ ਵਿੱਚ ਇਹੋ ਜਿਹਾ ਕੀ ਹੈ ਵੀ ਜਿਹੜਾ ਤਾਂ ਇਹ ਗਰਮੀ ਸਾਰਨ ਦੀ ਬਹੁਤ ਜ਼ਿਆਦਾ ਸਖਤੀ ਹੈ ਇਹਦੇ ਵਿੱਚ ਜੀ ਗਰਮੀ ਸਾਰਨ ਦੀ ਜੀ ਇੱਕ ਦੀ ਪਿਛਲੀ ਸਾਲ ਪੈਦਾਵਾਰ 28 ਕੁਇੰਟਲ ਤੋਂ ਲੈ ਕੇ 30 ਕੁਇੰਟਲ ਤੱਕ ਨਿਕਲੀ ਖੁਦ ਮੈਂ ਆਪ ਦੇਖੀ ਆ ਕੱਢੀ ਹੋਈ ਨਿਕਲਦੀ ਹੋਈ ਖੁਦ ਮੈਂ ਕੱਢੀ ਹੈ ਇਹ ਚੀਜ਼ ਦੀ ਮੈਂ ਵੀ ਕਹਿ ਸਕਦਾ ਖੁਦ 28 ਤੋਂ 30 ਤੱਕ 826 ਤਾਂ ਨਿਕਲਦੀ ਦੇਖੀ ਹੈ ਜੀ ਆਪਣੇ ਖੇਤ ਵੀ ਲੱਗੀ ਹੋਈ ਸੀ ਤੇ ਆਪਾਂ ਹੋਰ ਵੀ ਕਾਫੀ ਸਾਰੇ ਅਗਾਂਹ ਵਾਧੂ ਕਿਸਾਨਾਂ ਦੀ ਇੰਟਰਵਿਊ ਕੀਤੀਆਂ ਨੇ ਉਹਨਾਂ ਨੇ ਦੱਸਿਆ ਵੀ 28 ਤੋਂ 30 ਨਿਕਲੀ ਆ ਉਹਨਾਂ ਦੀ ਜਿਨ੍ਹਾਂ ਤੇ ਆਪਾਂ ਯਕੀਨ ਕਰ ਸਕਦੇ ਹਾਂ ਤੇ ਇਦਾਂ ਹੀ 327 ਦਾ ਇਹਦਾ ਵੀ ਮੈਂ 28 ਤੋਂ 30 ਨਿਕਲਦੀ ਵੇਖੀ ਜੀ ਇਹ ਤਾਂ ਕਮੈਂਟਾਂ ਦੇ ਵਿੱਚ ਕਈ ਲੋਕ ਕਹਿ ਰਹੇ ਸੀ ਕਿ 826 ਤੋਂ ਵੱਧ ਨਿਕਲੀ ਆ ਹੁਣ ਇਹਨਾਂ ਦਾ ਕੰਪੀਟੀਸ਼ਨ ਹੀ ਰਿਹਾ ਤੇ ਕੋਈ ਕਹਿੰਦਾ ਵੀ 327 ਵੱਧ ਨਿਕਲੀ ਆ ਕੋਈ ਕਹਿ ਰਿਹਾ 826 ਇਹ ਦੋਵੇਂ ਐ ਸਮਝ ਲਓ ਵੀ ਟੱਕਰ PVW 826 DVW 327 ਦੋਨੇ ਤੇ ਟੱਕਰ ਆ ਆਪਸ ਚ ਭੈਣਾ ਭੈਣਾ ਸਮਝ ਲਓ ਦੋਨੋਂ ਉਹ ਕਰਨਾਲ ਦੀ ਆ DVW 372 ਤੇ PVW 826 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੀ ਹੈ ਜੀ ਪਰ ਇਹਨਾਂ ਦੇ ਕਰੈਕਟਰ ਸੇਮ ਨੇ 327 ਤੇ 826 ਦਾ ਇੱਕ ਮੋਟਾ ਜਿਹਾ ਫਰਕ ਦੱਸਦੀ ਹੈ ਵੀ ਜਿਹੜੀ 327 ਹੈ ਇਹਦਾ ਥੋੜਾ ਜਿਹਾ ਇਹਦੀ ਫੋਂਟ ਜ਼ਿਆਦਾ ਹੁੰਦੀ ਹੈ ਖੇਤ ਦੇ ਵਿੱਚ ਇਹਦੀ ਫੋਂਟ ਜ਼ਿਆਦਾ ਹੁੰਦੀ ਹੈ ਤੇ 826 ਹੈ ਜਿਹੜੀ ਇਹਦਾ ਬਸ ਦਾਣਾ ਮੋਟਾ ਹੈ ਤੇ ਬਾਕੀ ਗਰਮੀ ਸਹਾਰਨ ਦੀ ਸਮਰੱਥਾ ਦੋਨਾਂ 'ਚ ਹੈ ਬਿਲਕੁਲ ਬਿਲਕੁਲ ਦੋਨੇ 'ਚੋਂ ਸਮਰੱਥਾ ਹੈ ਜੀ ਇੱਕ ਜਿਵੇਂ ਪਾਣੀ ਖੜ ਜਾਂਦਾ ਖੇਤ ਦੇ ਵਿੱਚ ਪੀਲੀ ਪੈ ਜਾਂਦੀ ਹੈ ਕਣਕ ਉਹ ਚੀਜ਼ ਨਹੀਂ ਹੈਗੀ 826 ਦੇ ਵਿੱਚ 826 'ਚ ਵੀ ਨਹੀਂ 327 'ਚ ਵੀ ਨਹੀਂ ਉਹ ਚੀਜ਼ ਸਹਾਰਨ ਦੀ ਸਮਰੱਥਾ ਰੱਖਦੇ ਆ ਅੱਜ ਦੀ ਡੇਟ ਦੇ ਵਿੱਚ PVW 826 ਤੇ DVW 327 ਦੋਨੇ ਦੇ ਵਿੱਚ ਗਰਮੀ ਸਹਾਰਨ ਦੀ ਦੋਨੇ ਦੇ ਵਿੱਚ ਸਹਿਣ ਸ਼ਕਤੀ ਗਰਮੀ ਤੇ ਜ਼ਮੀਨ ਹੇਠਲਾ ਪਾਣੀ ਇਹ ਮੈਨੂੰ ਯੂਨੀਵਰਸਿਟੀ ਦੇ ਵਿੱਚੋਂ ਅੱਜ ਨਵੀਂ ਗੱਲ ਸਿੱਖਣ ਨੂੰ ਮਿਲੀ ਹੈ ਜ਼ਮੀਨ ਹੇਠਲਾ ਪਾਣੀ ਸਹਾਰਦੀ ਹੈ ਇਹ ਤੇ ਇੱਕ ਚੀਜ਼ ਹੋਰ ਮੈਮ ਨੇ ਯੂਨੀਵਰਸਿਟੀ ਦੇ ਵਿੱਚ ਵੀ ਦੱਸਿਆ ਸੀ ਜੀ ਇਹਨੂੰ ਕੋਈ ਬਿਮਾਰੀ ਨਹੀਂ ਛੇਤੀ ਤੇ ਇਹਦਾ ਡਿੱਗਦੀਆਂ ਨਹੀਂ ਜੀ ਇਹ ਡਿੱਗਦੀਆਂ ਨਹੀਂ ਬਿਲਕੁਲ ਨਹੀਂ ਡਿੱਗਦੀਆਂ ਬਿਮਾਰੀ ਕੋਈ ਨਹੀਂ ਤੁਹਾਡੇ ਤਾਂ ਪਿਛਲੇ ਸਾਲ ਲੱਗੀ ਦੀ ਵੀ ਆਪਾਂ ਜਿਹੜੀ ਪੀਲੀ ਕੁੰਗੀ ਹੈ ਪੀਲੀ ਕੁੰਗੀ ਬਿਲਕੁਲ ਹੈ ਨਹੀਂ ਪੀਲੀ ਲੱਗੀ ਵੀ ਲਵਾਈ ਵੀ ਸੀ ਬਿਲਕੁਲ ਜੀ ਬਿਲਕੁਲ ਇੱਧਰ ਦਿਵਾਲੇ ਦੇ ਲਾਗੇ ਲੱਗੀ ਹੋਈ ਸੀ ਤੁਹਾਡੀ 826 ਜੀ
पिछले साल की गल करिए मैं खेत विजिट किया खेत सब तो सोहनी 71 लग रही थी। हाँ जी हाँ जी। जे हम आप दाने की देख लीए 70 भी कोल धर लीए 71 भी धर लीए तो उधर 72 आ रहा तो दाने दे विच भी थोड़ी जी कितना कितने मोटाई मैनू ये ज़्यादा जापती है फर्क 19-21 बिल्कुल जी बिल्कुल 19-21 का फर्क है 19-21 का फर्क है 371 इन्हों दे विचों ज़्यादा वधिया लग रही है देखने नू बाकी पुरानियाँ भी हैगी इन्हों कोल 303 वगैरह 303 दी तां हुण शोध आ गई जे लवोंगे तां मेरा जिथों तक मेरी सोच है भी चंगी लो बिल्कुल जिमें 27 वो शोध आ गई तो 826 भी10 to 14 क्विंटल पैदावार है पिछले साल 10 to 14 क्विंटल पैदावार निकली है किसान को जिथे मर्जी गूगल पे करो साडे बैंक अकाउंट च पैसे करो गूगल पे फोन पे पेटीएम नाल पैसे पाओ साडे बैंक अकाउंट च पैसे पाओ आल इंडिया डिलीवरी है जिथे मर्जी बी मंगाओ 2-4 दिन बहुत बहुत धन्यवाद जी जानकारी देने लई थैंक यू।